ਇੱਥੇ ਬਾਕੀ ਕਿਸਾਨ ਆਉਂਦੇ ਨੇ ਬਹੁਤ ਦੇਖਣ ਅਸੀਂ ਸਾਰਿਆਂ ਨੂੰ ਸਮਝਾਉਂਦੇ ਆ ਵੀ ਤੁਸੀਂ ਲਾਓ ਇਹਨਾਂ ਨੂੰ ਵੀ ਸਬਸਿਡੀ ਦਿੰਦੀ ਆ ਗਵਰਨਮੈਂਟ 50% ਸਬਸਿਡੀ ਹੈਗੀ ਹੈ ਤੇ ਵੀ ਇਹਦੇ 'ਚ ਅਸੀਂ ਸਮਝ ਲਓ ਵੀ 1 ਲੱਖ ਦੇ ਇੱਕ ਸਾਲ ਦੇ ਵਿੱਚ 1.5-1.5 ਲੱਖ ਦੀ ਆਮਦਨ ਕੱਢੀ ਹੈ ਪਰਫੈਕਟ ਹੈ ਤੁਹਾਡਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਕੋਟੜੀ ਜਾਣਦੇ ਹਾਂ ਡੇਰੇ ਸੱਤੇ ਸੌ ਦਿਨ ਸੱਚਾਈ ਕੀ ਹੈ ਲੋਕਾਂ ਦੇ ਕੀ ਵਿਓ ਨੇ ਅੱਜ ਅਸੀਂ ਕਿਸੇ ਦੇ ਖੇਤ ਦੇ ਵਿੱਚ ਪਹੁੰਚੇ ਹੋਏ ਹਾਂ ਸਰਦਾਰ ਹਰਨੇਕ ਸਿੰਘ ਜੀ ਕਕਰਾਲਾ ਜੋ ਕਿ ਇੱਕ ਕਿਸਾਨ ਨੇ ਅਗਾਂਹ ਵਧੂ ਕਿਸਾਨ ਨੇ ਇਹ ਅਪਡੇਟ ਨੇ ਕਿਸਾਨੀ ਦੇ ਪ੍ਰਤੀ ਜਾਣਦੇ ਹਾਂ ਇਹਨਾਂ ਦੇ ਜਵਾਨੀ ਡੇਰੇ ਸੱਚੇ ਸੌਦੇ ਨੂੰ ਲੈ ਕੇ ਕੀ ਇਹਨਾਂ ਦੀ ਪ੍ਰਤੀਕਿਰਿਆ ਕਦੋਂ ਤੋਂ ਡੇਰੇ ਸੱਚੇ ਸੌਦੇ ਨਾਲ ਜੁੜੇ ਨੇ ਜਾਣਦੇ ਇਹਨਾਂ ਦੇ ਜਵਾਨੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਨੇਕ ਸਿੰਘ ਜੀ ਹਾਂਜੀ ਡੇਰੇ ਸੱਚੇ ਸੌਦੇ ਨਾਲ ਜੁੜੇ ਹੋਏ ਹੋ ਹਾਂਜੀ ਹਾਂਜੀ A to Z ਕਿੰਨੀ ਦੇਰ ਤੋਂ ਜੁੜੇ ਹੋਏ ਹੋ ਅਸੀਂ ਸਨ 1984 ਤੋਂ 1984 ਤੋਂ ਲੈ ਕੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਡੇਰੇ ਸੱਚੇ ਨਾਲ ਜੁੜ ਸੱਚੇ ਸੌਦੇ ਨਾਲ ਜੁੜ ਕੇ ਸੱਚੇ ਸੌਦੇ ਇੱਕ ਮੈਂ ਮਿਸਾਲ ਦੱਸਣੀ ਚਾਹੁੰਦਾ ਜ਼ਰੂਰ ਦੱਸੋ ਵੀ ਜਿਹੜਾ ਸੱਚਾ ਸੌਦਾ ਹੈ ਹਾਂਜੀ ਬਾਕੀ ਸੱਚਾ ਸੌਦਾ ਹੈ ਅੱਛਾ ਜੀ ਇਹਦੇ 'ਚ ਝੂਠ ਸਾਨੂੰ ਇੱਕ ਰੇਤ ਦੇ ਕਣਕੇ ਜਿੰਨੀ ਵੀ ਮਹਿਸੂਸ ਨਹੀਂ ਹੋਈ ਅੱਜ ਤੱਕ ਜੀ ਸਾਨੂੰ ਜੋ ਸੱਚ ਦਾ ਪਾਠ ਪੜ੍ਹਾਇਆ ਪਹਿਲਾਂ ਅਸੀਂ ਚਾਹੇ ਕਿਤੇ ਵੀ ਜੁੜੇ ਸੀ ਪਰ ਜੋ ਸਹੀ ਤਰੀਕਾ ਸਰਲ ਤਰੀਕਾ ਸਾਨੂੰ ਸਾਡੇ ਸਤਿਗੁਰ ਨੇ ਸਿਖਾਇਆ ਉਹਦੀ ਮਿਸਾਲ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਕੀ ਤੁਹਾਨੂੰ ਉੱਥੇ ਸਿਖਾਇਆ ਗਿਆ ਸਾਨੂੰ ਸਭ ਤੋਂ ਜਿਹੜਾ ਮੇਨ ਮਕਸਦ ਜ਼ਿੰਦਗੀ ਦਾ ਸਿਖਾਇਆ ਹੈ ਉਹ ਸਿਖਾਇਆ ਸਾਨੂੰ ਇਨਸਾਨੀਅਤ ਜੀ ਇਨਸਾਨੀਅਤ ਦਾ ਪਾਠ ਪੜਾਇਆ ਸਾਨੂੰ ਸਾਡੇ ਸਹੀ ਧਰਮਾਂ ਦੇ ਅਸੂਲ ਦੱਸੇ ਸਾਨੂੰ ਉਹਨਾਂ 'ਤੇ ਚੱਲਣਾ ਸਿਖਾਇਆ ਸਾਡੇ ਸਤਿਗੁਰ ਨੇ ਪਹਿਲਾਂ ਅਸੀਂ ਫਿਰਦੇ ਸੀ ਅਵਾਰਾ ਡੰਗਰਾਂ ਵਾਂਗੂ ਸਾਨੂੰ ਕੋਈ ਜ਼ਿੰਦਗੀ ਦੇ ਮਕਸਦ ਦਾ ਨਹੀਂ ਪਤਾ ਸੀ ਕੌਣ ਆ ਅਸੀਂ ਕਿੱਥੋਂ ਆਇਆ ਮਰ ਕੇ ਕਿੱਥੇ ਜਾਣਾ ਹੈ ਸਾਡਾ ਸਤਿਗੁਰ ਕੌਣ ਹੈ ਸਾਡਾ ਅਸਲੀ ਮਾਲਕ ਕਿਵੇਂ ਹੈ ਕਿੱਥੇ ਹੈ ਕਿਵੇਂ ਉਹਨੂੰ ਮਿਲਿਆ ਜਾ ਸਕਦਾ ਜਿਹੜਾ ਤੁਸੀਂ ਦੱਸ ਰਹੇ ਵੀ ਸਾਨੂੰ ਉੱਥੇ ਜਾ ਕੇ ਕਾਫੀ ਜਿਹੜਾ ਸੁਧਾਰ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਕੀ ਪਰਿਵਰਤਨ ਆਇਆ ਸਾਡੀ ਜ਼ਿੰਦਗੀ 'ਚ ਪਰਿਵਰਤਨ ਆਇਆ ਅਸੀਂ ਝੂਠ ਦੇ ਵਿੱਚ ਫਸੇ ਤੇ ਅਸੀਂ ਸੱਚ ਦੇ ਰਸਤੇ 'ਤੇ ਆ ਗਏ ਸਾਡਾ ਸਭ ਤੋਂ ਸਾਨੂੰ ਇਹ ਸਾਨੂੰ ਸਾਡੀ ਜ਼ਿੰਦਗੀ ਦਾ ਜਿਉਣ ਦਾ ਢੰਗ ਸਾਨੂੰ ਸਾਡੇ ਸਤਿਗੁਰ ਨੇ ਸਿਖਾਇਆ ਨਸ਼ਿਆਂ ਤੋਂ ਬਚਾਇਆ ਸਮਾਜ ਨੂੰ ਕੋਈ ਦੇਣ ਹੈ ਡੇਰੇ ਸੱਚੇ ਸੌਦੇ ਦੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਸਭ ਤੋਂ ਜੋ ਸਾਨੂੰ ਸਿੱਖਿਆ ਦਿੱਤੀ ਸਤਿਗੁਰ ਨੇ ਵੀ ਇਨਸਾਨੀਅਤ ਦਾ ਜਿਹੜਾ ਪਾਠ ਪੜਾਇਆ ਨਸ਼ਿਆਂ ਤੋਂ ਬਚਾਏ ਅਤੇ ਸਾਨੂੰ ਜ਼ਿੰਦਗੀ ਦੇ ਹੋਰ ਬਹੁਤ ਉੱਚੇ ਅਹੁਦਿਆਂ 'ਤੇ ਪਹੁੰਚਾਇਆ ਸਾਨੂੰ ਸਾਡੇ ਸਤਿਗੁਰ ਨੇ ਖੇਤੀ ਕਰਨੀ ਵੀ ਸਿਖਾਈ ਰਹਿਣਾ ਵੀ ਸਿਖਾਇਆ ਖੇਤੀ ਕਰਨ ਦੇ ਵਿੱਚ ਤੁਹਾਨੂੰ ਕੀ ਰੋਲ ਲੱਗਿਆ ਡੇਰੇ ਸੱਚੇ ਸੌਦੇ ਦਾ ਕੀ ਤੁਹਾਨੂੰ ਪਾਇਆ ਸਾਨੂੰ ਸਤਿਗੁਰ ਨੇ ਸਾਨੂੰ ਉੱਥੋਂ ਰਹਿਣ ਦੀ ਸਿੱਖਿਆ ਵੀ ਜੋ ਦਿੱਤੀ ਖੇਤੀ ਦੇ ਬਾਰੇ ਨਵੇਂ ਨਵੇਂ ਢੰਗ ਸਿਖਾਏ ਨਵੀਆਂ ਚੀਜ਼ਾਂ ਨਵੇਂ ਤਰੀਕੇ ਨਵੀਆਂ ਇਹ ਤੁਸੀਂ ਜੋ ਗ੍ਰੀਨ ਨੈੱਟ ਅਸੀਂ ਦੇਖਿਆ ਤੁਹਾਡੇ ਖੇਤ ਦੇ ਵਿੱਚ ਲੱਗਿਆ ਹੋਇਆ ਇਹ ਕੀ ਕਿੱਥੋਂ ਤੁਸੀਂ ਜਾਣਕਾਰੀ ਲਈ ਗ੍ਰੀਨ ਨੈੱਟ ਬਸ ਸਾਡਾ ਤਾਂ ਚਾਬੀ ਸਮਝ ਲਓ ਵੀ ਸਾਡੀ ਚਾਬੀ ਉੱਥੇ ਹੈ ਸਾਨੂੰ ਸਾਰਾ ਕੁਛ ਹੀ ਸਾਨੂੰ ਸਾਡੇ ਸਤਿਗੁਰ ਨੇ ਸਿਖਾਇਆ ਇਹ ਜਿਹੜੀ ਗ੍ਰੀਨ ਨੈੱਟ ਹਾਊਸ ਦੀ ਜਿਹੜੀ ਹੈ ਇਹ ਵੀ ਤੁਸੀਂ ਉੱਥੇ ਹੀ ਸਿੱਖਿਆ ਆ ਉੱਥੇ ਹੀ ਸਿੱਖ ਕੇ ਆਏ ਸਾਨੂੰ ਮਿਸਤਰੀ ਬਣਾ ਸਾਰਾ ਪਲਸਤਰ ਸਾਡੀ ਮਕਾਨ ਕੋਠੀਆਂ ਦੇਖੋ ਅਸੀਂ ਆਪ ਮਿਸਤਰੀ ਦੇ ਨਾਲ ਲੱਗ ਕੇ ਸਾਨੂੰ ਸਾਰਾ ਕੁਛ ਉੱਥੇ ਦਿਖਾਇਆ ਸੀ ਸਾਨੂੰ ਸਿਖਾਉਂਦੇ ਹੁੰਦੇ ਸਾਡੇ ਪਰਮ ਪਿਤਾ ਜੀ ਵੇਲੇ ਮਹਿੰਦਰ ਸਿੰਘ ਪਾਠੀ ਹੁੰਦੇ ਉਹ ਸਾਨੂੰ ਸਾਲ ਮਿਸਤਰੀ ਹੁੰਦੇ ਸੀ ਉਹ ਸਾਨੂੰ ਆਪ ਸਿਖਾਉਂਦੇ ਹੁੰਦੇ ਸੀ ਹੁਣ ਤੁਸੀਂ ਜਿਹੜਾ ਲੇਟੈਸਟ ਕਿਸ ਤਰ੍ਹਾਂ ਦੀ ਖੇਤੀ ਕਰ ਰਹੇ ਹੋ ਤੁਸੀਂ ਅੱਜ ਕੱਲ੍ਹ ਅਸੀਂ ਖੇਤੀ ਆਧੁਨਿਕ ਤਰੀਕੇ ਨਾਲ ਜ਼ਿਆਦਾ ਕਰਦੇ ਹਾਂ ਜਿਵੇਂ ਸਾਡੇ ਇੱਕ ਗ੍ਰੀਨ ਨੈੱਟ ਹਾਊਸ ਲੱਗੇ 1 ਕਿੱਲੇ 'ਚ ਇਹ ਤੋਂ ਅਸੀਂ 8 ਕਿੱਲਿਆਂ ਦੀ ਆਮਦਨ ਲੈਂਦੇ ਹਾਂ 1 ਕਿੱਲੇ ਤੋਂ ਤੁਸੀਂ 8 ਕਿੱਲਿਆਂ ਦੀ ਜਿਹੜੀ ਆਮਦਨ ਲੈ ਰਹੇ ਹੋ ਗ੍ਰੀਨ ਨੈੱਟ ਹਾਊਸ ਦੇ ਅੰਦਰੋਂ ਲੋਕਾਂ ਨੂੰ ਵੀ ਤੁਸੀਂ ਉਹਦੇ ਬਾਰੇ ਕੀ ਉਹਦੇ ਵਿੱਚ ਤੁਸੀਂ ਪੈਦਾ ਕਰ ਰਹੇ ਹੋ ਇੱਥੇ ਬਾਕੀ ਕਿਸਾਨ ਆਉਂਦੇ ਨੇ ਬਹੁਤ ਦੇਖਣ ਅਸੀਂ ਸਾਰਿਆਂ ਨੂੰ ਸਮਝਾਉਂਦੇ ਹਾਂ ਵੀ ਤੁਸੀਂ ਲਾਓ ਇਹਨਾਂ ਨੂੰ ਵੀ ਸਬਸਿਡੀ ਦਿੰਦੀ ਹੈ ਗੌਰਮੈਂਟ 50% ਸਬਸਿਡੀ ਹੈਗੀ ਹੈ ਅਤੇ ਵੀ ਇਹਦੇ 'ਚ ਅਸੀਂ ਸਮਝ ਲਓ ਵੀ 1 ਲੱਖ ਦੇ 1 ਸਾਲ ਦੇ ਵਿੱਚ 1.5-1.5 ਲੱਖ ਦੀ ਆਮਦਨ ਕੱਢੀ ਹੈ ਇੰਨੀ ਆਮਦਨ ਕਿਵੇਂ ਹੋ ਸਕਦੀ ਹੈ ਬੜੀ ਅਚੰਭੇ ਵਾਲੀ ਗੱਲ ਜੀ ਇਹ ਸਾਨੂੰ ਲੱਗ ਰਹੀ ਹੈ ਵੀ ਤੁਸੀਂ ਇੰਨੀ ਆਮਦਨ ਜਿਹੜੀ ਲੈ ਰਹੇ ਹੋ ਕਿਹੜੇ ਇਹੋ ਜਿਹੇ ਤਰੀਕੇ ਨੇ ਥੋੜ੍ਹਾ ਜਿਹਾ ਉਹ ਵੀ ਤੁਸੀਂ ਵਿਸਥਾਰਪੂਰਵਕ ਕਿਉਂਕਿ ਕਿਸਾਨ ਲੋਕ ਤੁਹਾਨੂੰ ਦੇਖ ਰਹੇ ਨੇ ਉਹ ਵੀ ਆਪਾਂ ਇਸ ਤਰ੍ਹਾਂ ਦਾ ਦੇਖਣ ਇਸ ਥੋੜ੍ਹਾ ਜਿਹਾ ਅਸੀਂ ਵੈਸੇ ਕਰਤਾਰਪੁਰੋਂ ਵੀ ਅਸੀਂ ਕਰਕੇ ਆਏ ਹਾਂ ਇਹ ਟ੍ਰੇਨਿੰਗ ਇਹਦੀ ਜਲੰਧਰ ਤੋਂ ਅੱਗੇ ਸਰਕਾਰੀ ਟ੍ਰੇਨਿੰਗ ਆ ਉੱਥੇ ਐਸ ਤੁਸੀਂ ਜਿਹੜਾ ਗ੍ਰੀਨ ਨੈੱਟ ਹਾਊਸ ਹੈ ਇਹਦੇ ਵਿੱਚ ਕਿਹੜੀ ਕਿਹੜੀਆਂ ਫਲ ਸਬਜ਼ੀਆਂ ਜਿਹੜੀਆਂ ਅਸੀਂ ਜ਼ਿਆਦਾਤਰ ਇਹਨਾਂ 'ਚੋਂ ਖੀਰਾ ਲੈਂਦੇ ਹਾਂ
खीरे की फसल है जी 35-40 दिन आमदन देनी शुरू कर दें जी। ये असी एक 1.5 साल 900 क्विंटल खीरा कटता। बड़ा ही तुसी वधिया आमदन लै रहे हो डेरे सच्चे सौदे दे नाल जुड़ के, तुसी उत्थों इह जिहड़ी जानकारी लई उत्थों तुहानूं खेती दे विच परिवर्तन लियाउण दी जिहड़ी शिक्षा डेरे सच्चे सौदे तों मिली, होर डेरे सच्चे सौदे दी समाज दे विच किहड़े किहड़े मानवता भलाई दे कम्म जिहड़े करवाए जांदे ने? उत्थे तां बस जिंदगी दा समझ लो भी तुसी जिंदगी ओह मानवता दी भलाई दे लेखे लाउण वालीआं गल्लां ने सारीआं, जिन्नी भी शिक्षा मिलदी परमात्मा नूं पाउणा, इनसानियत दे रस्ते ते चलणा, इनसानियत दे विच सारे इनसानियत दे भले लई कम आ गए। संत गुरमीत राम सिंह जी इंसान नूं कदे नेड़े जा के मिलण दा कदे मौका मिले होवे जिंदगी 'च? असीं 25 साल नाल ही रहे। 25 साल उन्हां दे नाल 25 साल जिहड़े तुसी बतीत कीते, जिहड़े उन्हां दे दोश लगे होए ने तुसी उन्हां बारे कुछ कहोगे? बिल्कुल बेबुनियाद 100% झूठ। 25 सालों के एक अद्धी रात एक अद्धा दिन कोई अजिहा पल तो तुसी देखे ही होना कोई अजिही शरारत का? सतगुरु साढ़े घर 2 बार ही आ चुके ने, इत्थे चरण पा चुके ने साढ़े को, असी उन्होंने साडा सतगुरु भी उही, साडे रिश्तेदार भी उही, साडे मित्र दोस्त भी उही, साडा खुदा भी उही, साडा सतगुरु भी उही। इन्ना तुहाडा प्यार अंदर जिहड़ा रग रग दे विच समाया होया उहदा की कारण है? इहदे बारे हुण तुसी 3 साल हो गए तुसी उन्हें दर्शन नहीं किए, तुसी 25 साल लगातार रहे हो, अज वो तो दूर रह के किस तरह का महसूस कर रहे हो? की तुहाडे अंदर छुपया होया है जिहा राज जिहड़ा तुसी सानूं दस नहीं सकते? उन्हां दे दर्शन करना चाहोगे? जरूर। सरकार नूं उहदे बारे कुछ कहना चाहोगे? सरकार की करती है कुछ नहीं, कुछ नहीं। देखो सरकारां दे हाथ च बहुत कुछ होंदा है, तुहाडी जिहड़ी ये तड़फ है दर्शनां नूं लै के उहदे प्रति तुसी सरकार नूं कुछ कहना चाहोगे? सो सरदार हरनेक सिंह जी ककराला जो कि उगे किसान ने नवी तकनीक के नकल नाल जी खेती अजक कर रहे हैं, 1 किले के 8-8 किले के बराबर की जी खेती लै रहे हैं, असी उन्होंने जानने की कोशिश की पिछले 25 साल का जोड़ा इतिहास जोड़ा उन्होंने अंदर जोड़ा समाया होया पल पल जोड़ा गुरु जी उन्होंने बिताया होया। अज जो मैं गल की उन्होंने दर्शन दीदार की तो भावुक हो के मतलब कुछ बोलन तो भी जोड़ा हो गए, उन्होंने अंदर जी जो प्यार सतगुर के प्रति छुपया हुआ है वो अंदर जोड़ा रग रग के बोल रहा वो प्रेम नहीं वह किसी दस सकते, जो ये बैराग है ये सच्चा बैराग है, ये वह हीरे मोती ने जो किसी के पले पेंदे ने, क्योंकि जिन्हों लकी होंगी है ना उ जानता है अवर क्या जाना पीर पराई, जिस तरह लग है सो तरह जाना अवर क्या जाना पीर पराई। सो दोस्तों तुम देखते रहो द फैक्ट है, मैं सुखविंदर कोटली तो मक्खन शर्मा के नाल मैनू दो इजाजत होर तो रूबरू करा करावगा कोई अजिंह शख्सियतियाँ शख्सियत जो डेरे सच्चे सौदे के नाल जुड़िया हुई ने, की है उन्होंने अंदर छुपे हुए राज, की है डेरे सच्चे सौदे की समाज में देन, ये मैं तो रूबरू करवाऊँगा। धन्यवाद।